ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਸਿਟੀ ਲਾਈਵ ਵੱਲੋਂ ਅੱਜ ਇਸ ਮੁੱਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਤੁਸੀਂ ਸਾਰੇ ਹੀ ਭਲੀ ਭਾਂਤ ਜਾਣੂ ਹੋ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਜੋ ਪਰੇਡ ਲੈ ਕੇ ਗਏ ਨੇ ਉੱਥੇ ਕੀ ਹੋਇਆ, ਉਸੇ ਸੰਬੰਧ ਦੇ ਵਿੱਚ ਆਓ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਬਿਮੜੀ ਦੇ ਸਾਬਕਾ ਸਰਪੰਚ ਸਰਦਾਰ ਰੇਸ਼ਮ ਸਿੰਘ ਵਿਰਕ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਰੇਸ਼ਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਰੇਸ਼ਮ ਸਿੰਘ ਜੀ, ਅਸੀਂ ਇਹ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝਾ ਕਰੋ ਕਿ ਕੱਲ੍ਹ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਜੋ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਗਿਆ ਉਹ ਤੁਹਾਡੀ ਸੋਚ ਦੇ ਹਿਸਾਬ ਨਾਲ ਕਿੱਥੋਂ ਤੱਕ ਜਾਇਜ਼ ਹੈ? ਉਹ ਇਹ ਗੱਲ ਹੈ ਜੀ ਵੀ ਉਹ ਝੰਡਾ ਜੇ ਨਾ ਵੀ ਲਹਿਰਾਉਂਦੇ, ਆਪਾਂ ਰੋਸ ਕਰ ਰਹੇ ਹਾਂ, ਜੇ ਨਾ ਵੀ ਲਹਿਰਾਇਆ ਜਾਂਦਾ ਤਾਂ ਵੀ ਕੋਈ ਖਾਸ ਗੱਲ ਨਹੀਂ ਸੀ। ਚਲੋ ਜੇ ਲਹਿਰਾਇਆ ਵੀ ਗਿਆ ਤਾਂ ਕੋਈ ਬੇਗਾਨੇ ਮੁਲਕ ਦੇ ਨਹੀਂ, ਲੋਕ ਨਹੀਂ ਸਨ ਵੀ ਪਾਕਿਸਤਾਨ ਨੇ ਆਪਣਾ ਝੰਡਾ ਲਹਿਰਾਤਾ, ਉਹ ਵੀ ਖਾਸ ਗੱਲ ਨਹੀਂ। ਜਿਹੜੀ ਹਿੰਸਾ ਭੜਕੀ ਹੈ ਇਸ ਮਾਮਲੇ 'ਚ, ਇਹ ਬਹੁਤ ਗਲਤ ਹੋਈ ਹੈ, ਇਹ ਨਹੀਂ ਸੀ ਹੋਣੀ ਚਾਹੀਦੀ। ਹਾਂਜੀ, ਅਤੇ ਜੇਕਰ ਦੇਖਿਆ ਜਾਵੇ ਆਪਣੇ ਸੰਯੁਕਤ ਮੋਰਚਾ ਅੰਦੋਲਨ ਦੇ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੇ ਜਿਸ ਪ੍ਰਕਾਰ ਨੌਜਵਾਨਾਂ ਨੂੰ ਆਵਾਜ਼ ਦੇ ਕੇ ਵਾਪਸ ਬੋਰਡਰਾਂ 'ਤੇ ਬੁਲਾਇਆ ਅਤੇ ਉਹ ਉਸੇ ਪ੍ਰਕਾਰ ਵਾਪਸ ਵੀ ਚਲੇ ਗਏ ਨੇ, ਅਤੇ ਇਸ ਸੰਬੰਧ ਦੇ ਵਿੱਚ ਆਪਾਂ ਉਹਨਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹਾਂਗੇ? ਇਸ ਤਰ੍ਹਾਂ ਹੋ ਸਕਦਾ ਜੀ ਵੀ ਕਿਸੇ ਕੋਈ ਉਹਨਾਂ ਦੇ ਕਹਿਣੇ 'ਚ, ਕੁਛ ਬੰਦੇ ਨਾ ਉਹਨਾਂ ਦੇ ਕਹਿਣੇ 'ਚ ਹੋਏ ਹੋਣ, ਜਿਸ ਕਰਕੇ ਹੋ ਗਿਆ। ਲੀਡਰ ਨਹੀਂ ਸਨ ਚਾਹੁੰਦੇ ਸਾਡੇ ਆਗੂ ਜਿਹੜੇ ਵੀ ਇਹ ਕੰਮ ਹੋਵੇ ਵੀ ਸਾਡੇ ਕਹੇ ਲੋਕ ਨਾ ਲੱਗਣ, ਪਰ ਹੋ ਸਕਦਾ ਉਹਨਾਂ ਦੇ ਕਹੇ ਤੋਂ ਬਾਹਰ ਹੋ ਗਏ ਹੋਣ, ਜਾਂ ਕੋਈ ਇਹੋ ਜਿਹੇ ਅੰਤਰ ਹੋਣ ਗੌਰਮੈਂਟ ਦੀ ਛੱਡੇ ਜਿਨ੍ਹਾਂ ਨੇ ਵਿੱਚ ਖਲਲ ਪਾਇਆ ਜੀ। ਔਰ ਲੋਕਾਂ ਦਾ ਕਹਿਣਾ ਦੇਖੋ, ਆਪਾਂ ਦੇਖ ਰਹੇ ਹਾਂ ਕਿ ਹੁਣ ਤੱਕ ਜਿਹੜੇ ਕਿਸਾਨ ਹਮਾਇਤੀ ਸੀਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿ ਰਹੇ ਨੇ ਲੱਖਾ ਸਿੰਧਾਣਾ ਔਰ ਸਿੱਧੂ ਜੀ ਨੂੰ ਕਿ ਇਹ ਦੋਨੋਂ ਜਿਹੜੇ ਨੇ ਸਰਕਾਰ ਦੇ ਨੁਮਾਇੰਦੇ ਨੇ, ਇਹਨਾਂ ਨੇ ਸਾਡੇ ਅੰਦੋਲਨ ਨੂੰ, ਕਿਸਾਨ ਸੰਯੁਕਤ ਮੋਰਚਾ ਅੰਦੋਲਨ ਨੂੰ ਖਰਾਬ ਕਰਨਾ ਸੀਗਾ, ਇਸ ਲਈ ਇਹ ਕੁਝ ਕੀਤਾ, ਅਤੇ ਤੁਹਾਡੀ ਸੋਚ ਨਾਲ ਵੀ ਇਹੋ ਲੱਗਦਾ? ਨਹੀਂ ਜੀ, ਲੱਖਾ ਸਿੰਧਾਣਾ ਅਤੇ ਸਿੱਧੂ ਟਕਾਏ ਰਹੇ ਨੇ ਜਿੰਨਾ ਕੁਛ ਉਹਨਾਂ ਟਕਾਈ ਹੁੰਦਾ, ਨੌਜਵਾਨਾਂ ਨੂੰ ਕੱਲ੍ਹ ਵੀ ਟਕਾਉਂਦੇ ਅਸੀਂ ਸੁਣੇ ਜੀ, ਲੈਬ ਹੋ ਕੇ ਟਕਾ ਰਹੇ ਸਨ, ਉਹ ਸ਼ਾਂਤੀ ਵੀ ਕਰਾ ਰਹੇ ਨੇ, ਕੋਈ ਹਿੰਸਾ ਭਟਕਾਉਣ ਦੇ ਮੂਡ 'ਚ ਨਹੀਂ ਹੈਗੇ। ਫਿਰ ਤੁਹਾਡੀ ਸੋਚ ਦੇ ਹਿਸਾਬ ਨਾਲ ਜੋ ਕੁਝ ਕੱਲ੍ਹ ਹੋਇਆ ਇਹ ਕਿਸ ਦੀ ਸ਼ਰਾਰਤ ਹੈ? ਇਹ ਹੌਲੀ ਹੌਲੀ ਪਤਾ ਲੱਗਦਾ ਹੁੰਦਾ ਜੀ ਇਹੋ ਜਿਹੇ ਮੂਮੈਂਟਾਂ ਦੇ ਮਗਰ ਕੀ ਚੀਜ਼ ਹੁੰਦੀ ਹੈ ਜੀ। ਪਰ ਜੇ ਅਸੀਂ ਤਾਂ ਇਹੀ ਇਹਦੇ ਨਾਲ ਗੱਲ ਆ ਵੀ ਇਹ ਹੋਇਆ ਚੰਗਾ ਨਹੀਂ ਹੋਇਆ ਜੀ, ਕਿਉਂ ਇੰਨੀ ਜਿੱਦ ਦੋਹਾਂ ਪਾਸਿਓਂ ਵਧੀ ਜਾਂਦਾ ਹੁੰਦਾ, ਖਿੱਚਾ ਤਾਂ ਨਹੀਂ ਵਧੀ ਜਾਣੀ ਹੈ, ਜਿੰਨਾ ਇਹਨੂੰ ਵਧਾਵਾਂਗੇ ਵਧੀ ਜਾਣੀ ਹੈ। ਜੇ ਠੱਪ ਕਰਿਆ ਜੇ ਪਹਿਲਾਂ ਸਰਕਾਰ ਨੂੰ ਹੀ ਚਾਹੀਦਾ ਵੀ ਜਿਹੜੀ ਗੌਰਮੈਂਟ ਜਿਹੜੇ ਲੋਕ ਕਿਸਾਨ ਮੰਗ ਰਹੇ ਨੇ, ਮੰਗ ਕਰ ਰਹੇ ਨੇ, ਉਸਦੀ ਉਹ ਜਿਉਂ ਜਿਉਂ ਲੰਮਾ ਇਹ ਘੋਲ ਹੋਈ ਜਾਣਾ, ਤਿਉਂ ਤੋਂ ਲੋਕ ਭਾਵੁਕ ਵੀ ਹੁੰਦੇ ਨੇ ਜੀ, ਹਰਖਦੇ ਵੀ ਨੇ ਜੀ, ਇਸ ਕਰਕੇ ਨਿਬੜ ਜਾਣਾ ਚਾਹੀਦਾ ਕੁਛ ਨਾ ਕੁਛ। ਬਿਲਕੁਲ, ਜਿਸ ਤਰ੍ਹਾਂ ਆਪਾਂ 84 ਦੀ ਗੱਲ ਕਰੀਏ ਉਸ ਸਮੇਂ ਪੰਜਾਬੀ ਸੂਬਾ ਅੰਦੋਲਨ ਚੱਲਿਆ ਹੋਇਆ ਸੀ ਅਤੇ ਕੁਝ ਫਿਰਕਾ ਪ੍ਰਸਤੀ ਲੋਕਾਂ ਦੇ ਕਾਰਨ ਹੀ ਸਾਡਾ ਜਿਹੜਾ ਇਹ ਅੰਦੋਲਨ ਹੈ ਇਹ ਖਿੰਡਰ ਪਿੰਡਰ ਗਿਆ ਸੀਗਾ, ਔਰ ਅਸੀਂ ਅੱਜ ਵੀ 84 ਦਾ ਜਿਹੜਾ ਸੰਤਾਪ ਭੁਗਤ ਰਹੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਨੂੰ ਮੁੜ ਕੇ ਇਹ ਸੰਤਾਪ ਨਾ ਭੋਗਣਾ ਪਵੇ, ਉਸ ਦੇ ਲਈ ਤੁਸੀਂ ਸਾਡੇ ਲੋਕਾਂ ਨੂੰ ਕੀ ਵਿਚਾਰ ਦਿਓਗੇ? ਅਸੀਂ ਤਾਂ ਇਹੀ ਕਹਾਂਗੇ ਵੀ ਇਹ ਨਾ ਕੰਮ ਜਿਹੜਾ ਅੱਗੇ ਨੂੰ ਵਧੇ, ਇਹ ਠੱਪ ਹੋ ਜੇ, ਉਦੋਂ ਵੀ ਜਿਹੜਾ ਉਹ ਚੱਲੀ ਲਹਿਰ, ਉਦੋਂ ਛੋਟੇ ਤੋਂ ਛੋਟੀ ਵੱਡੀ ਬੰਦੀ ਹੁੰਦੀ ਵੱਡੀ ਹੁੰਦੀ ਸੀ, ਬਹੁਤ ਲੋਕਾਂ ਦਾ ਨੁਕਸਾਨ ਹੋਇਆ 84 'ਚ, ਹਜ਼ਾਰਾਂ ਸਿੱਖ ਮਰ ਗਏ, ਹਜ਼ਾਰਾਂ ਪੰਜਾਬੀ ਮਰ ਗਏ, ਉਹਦੇ 'ਚ ਦਿੱਲੀ 'ਚ ਦੰਗੇ ਹੋਏ। ਇਹ ਸਾਰਾ ਕਾਰਨ ਇਹੀ ਸੀ ਵੀ ਜਦੋਂ ਇਹ ਲਹਿਰ ਲੰਬੀ ਹੋ ਜਾਂਦੀ ਹੈ ਕੋਈ ਵੀ, ਉਹਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਕੁਛ ਹੁੰਦਾ ਹੀ ਹੈ, ਕੋਈ ਸ਼ਰਾਰਤੀ ਅੰਤਰ ਵੜ ਜਾਂਦੇ ਨੇ, ਕੁਛ ਲੋਕ ਅੱਕ ਜਾਂਦੇ ਨੇ, ਕੋਈ ਜਿਹਦਾ ਇੱਕ ਮਰ ਗਿਆ ਉਹ ਅਗਲਾ ਕਹਿੰਦਾ ਮੇਰਾ ਤਾਂ ਮਰ ਗਿਆ, ਉਹਨੂੰ ਅਗਲੇ ਦਾ ਹੀ ਮਰਨਾ ਚਾਹੀਦਾ, ਇਸ ਕਰਕੇ ਵੀ ਕੁਛ ਫਰਕ ਪੈਂਦਾ ਜੀ। ਅਤੇ ਰੇਸ਼ਮ ਜੀ, ਅਸੀਂ ਇਹ ਚਾਹਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੀ ਆਪਣੀ ਘਰੇਲੂ ਜ਼ਮੀਨ ਕਿੰਨੀ ਹੈ?
ਸਾਡੇ ਕੋਲ ਹੈਗੀ ਜੀ 75 ਵਿਘੇ ਜ਼ਮੀਨ ਘਰੇਲੂ ਮੇਰੇ ਕੋਲ। ਅਤੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਿੱਲ ਲਾਗੂ ਕਰ ਰਹੇ ਨੇ, ਉਹ ਬਿੱਲ ਦਾ ਤੁਹਾਨੂੰ ਕੀ ਨੁਕਸਾਨ ਹੈ? ਸਾਨੂੰ ਬਿੱਲ ਦਾ ਇਹ ਨੁਕਸਾਨ ਹੋਏਗਾ ਜੀ ਵੀ ਜਦੋਂ ਇੱਕ ਦੋ ਧਿਰਾਂ ਖਰੀਦ ਦਾ ਕਰ ਰਹੀਆਂ ਨੇ ਜੀ, ਕਿਸੇ ਜਿਨਸ ਨੂੰ ਦੋ ਧਿਰਾਂ ਖਰੀਦ ਰਹੀਆਂ ਨੇ, ਜਦੋਂ ਇੱਕ ਰਹਿ ਗਈ ਉਹਦੇ 'ਚੋਂ, ਉਹ ਫਿਰ ਆਪਣੀ ਮਨਮਰਜ਼ੀ ਕਰੂ, ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ, ਉਦੋਂ ਮੁੜ ਕੇ ਅਡਾਨੀ ਬਾਨੀ ਆਉਣਗੇ, ਉਹ ਸਾਡੀ ਫਸਲ ਜਿਹੜੇ ਭਾਅ ਮਰਜ਼ੀ ਖਰੀਦਣ, ਅਸੀਂ ਕੀ ਕਰ ਸਕਦੇ ਹਾਂ? ਸਾਡੇ ਨਾਲ ਸੂਬਿਆਂ 'ਚ ਹੋ ਰਿਹਾ, ਯੂਪੀ ਵਗੈਰਾ ਇਹ ਹੋ ਰਿਹਾ ਜੀ, ਪੰਜਾਬ 'ਚੋਂ ਜੀਰੀ ਜਾ ਕੇ ਉੱਥੋਂ ਆ ਰਹੀ ਆ, ਉਹ ਜੇ ਉੱਥੇ 1000 ਨੂੰ ਵਿਕਦੀ ਆ, ਸਾਡੇ ਇੱਥੇ 1900-1200 ਨੂੰ ਵਿਕਦੀ ਹੈ ਜੀ, ਉਹੀ ਜੀਰੀ ਆ ਕੇ ਉਹ ਵਿਚਾਰੇ 1000 ਰੁਪਈਆ ਸਾਡੀ ਜੀਰੀ ਲਾਉਂਦੇ ਨੇ, ਜਿਹੜੇ ਉਹ 10-10 ਕਿੱਲਿਆਂ ਦੇ ਮਾਲਕ ਨੇ, ਸਾਡੇ ਦਿਹਾੜੀਆਂ ਕਰਦੇ ਨੇ, ਅਸੀਂ ਕਿਹੜੇ ਸੂਬੇ ਜਾਵਾਂਗੇ ਦਿਹਾੜੀਆਂ ਕਰਨ? ਇਹ ਹਾਲ ਹੈ ਸਾਡਾ ਹੁਣ। ਇਹ ਗੱਲ ਬਿਲਕੁਲ ਰੇਸ਼ਮ ਜੀ, ਇਹ ਗੱਲ ਬਿਲਕੁਲ ਰੇਸ਼ਮ ਸਿੰਘ ਵਿਰਕ ਜੀ ਨੇ ਸਹੀ ਕਹੀ ਹੈ ਕਿ ਯੂਪੀ ਬਿਹਾਰ ਤੋਂ ਆ ਕੇ ਪਬਲਿਕ ਜਿਹੜੇ ਉੱਥੇ 10-10 ਕਿੱਲਿਆਂ ਦੇ ਮਾਲਕ ਨੇ, ਉਹ ਸਾਡੇ ਪੰਜਾਬ ਵਿੱਚ ਆ ਕੇ ਸਾਡੇ ਜੱਟ ਵੀਰਾਂ ਦੇ ਕੋਲ ਸਿਰੀ ਲੱਗੇ ਹੋਏ ਨੇ, ਅਤੇ ਜਦੋਂ ਸਾਡੇ ਕੋਲ ਉਹ ਸਿਰੀ ਪੰਨਾ ਕਰ ਰਹੇ ਨੇ, ਅਤੇ ਜੇਕਰ ਇਹ ਬਿੱਲ ਆਪਣੇ ਕੋਲ ਲਾਗੂ ਹੋ ਗਏ, ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਇਹਨਾਂ ਹਾਲਾਤਾਂ 'ਚ, ਅਸੀਂ ਵੀ ਸਿਰੀ ਉਡਾਵਾਂਗੇ, ਜਾ ਕੇ ਮੁੰਜੀ ਲਾਵਾਂਗੇ ਜਾ ਕੇ ਲੋਕਾਂ ਦੀ, ਕਿਹੜੇ ਸੂਬੇ 'ਚ ਲਾਵਾਂਗੇ, ਸਾਡੇ ਤੋਂ ਬਾਕੀ ਆਪਣੇ ਪਹਿਲੇ ਸੂਬੇ ਕਮਜ਼ੋਰ ਨੇ ਪੰਜਾਬ ਨਾਲੋਂ। ਵਿਰਕ ਜੀ ਮਾਫ਼ ਕਰਿਓ ਮੇਰੇ ਇਸ ਗੱਲ ਨੂੰ ਕਿਸੇ ਚੁੱਭਵੇਂ ਪਾਸੇ ਨਾ ਲੈ ਕੇ ਜਾਇਓ, ਜੇਕਰ ਆਪਾਂ ਗੱਲ ਕਰੀਏ ਸਾਡਾ ਪੰਜਾਬੀ ਨੌਜਵਾਨ PR ਹੋਣ ਦੇ ਲਈ ਦੂਸਰੇ ਦੇਸ਼ਾਂ ਨੂੰ ਆਪਣੀ ਜਿਹੜੀ ਜ਼ਮੀਨ ਆ ਉਹ ਗਿਰਵੀ ਰੱਖ ਰਿਹਾ, ਅਤੇ ਦੇਖਿਆ ਜਾਵੇ ਇੱਕ ਤਰ੍ਹਾਂ ਦੇ ਆਪਾਂ ਫਿਰ ਉੱਧਰ ਸਿਰਿਓ ਲੱਗ ਗਏ ਹਾਂ। ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਵੀ ਸਿਰਿਆ, ਇੱਕ ਬੱਚਾ MA ਪੜ੍ਹਿਆ ਹੋਇਆ ਜੀ, ਇੰਜੀਨੀਅਰ ਕਰੀ ਹੋਈ ਹੈ, ਉਹ ਬਿਲਕੁਲ ਇੱਥੇ ਸਾਡੇ ਤਾਂ ਜਿਹੜਾ ਜੀਰੀਆਂ 'ਚ ਰਹੇ ਤਾਂ ਖਿਲਰਦਾ ਨਹੀਂ ਉਹ ਤੋਂ, ਜਿਹੜੇ ਬੰਦੇ ਨੇ 17 ਸਾਲ ਸਕੂਲ 'ਚ ਕਾਲਜਾਂ 'ਚ ਖਰਾਬ ਕਰੇ ਹੋਏ ਨੇ, ਉਹ ਇੱਥੇ ਆ ਕੇ ਸਾਡਾ ਖਾਤਾ ਖਿਲਾਰ ਨਹੀਂ ਲੱਗਿਆ, ਉਹ ਉਂਝ ਉਹ ਕਰੇ ਵੀ ਕੀ, ਗੌਰਮੈਂਟ ਨੌਕਰੀ ਨਹੀਂ ਦਿੰਦੀ, ਇਸ ਕਰਕੇ ਨੌਜਵਾਨ ਭੱਜ ਰਹੇ ਨੇ ਵੀ ਕੰਮ ਸੇ ਕੰਮ ਉੱਧਰ, ਜਿਹੜੀ ਸਾਨੂੰ ਇੱਥੇ 300 ਰੁਪਏ ਦਿਹਾੜੀ ਮਿਲਦੀ ਆ, ਉੱਥੇ 1000 ਰੁਪਏ ਦਿਹਾੜੀ ਤਾਂ ਪੈ ਜੂਗੀ। ਹਾਂ ਬਿਲਕੁਲ ਉਹੀ ਚੀਜ਼ ਜਿਸ ਤਰ੍ਹਾਂ ਯੂਪੀ ਬਿਹਾਰ ਵਾਲੇ ਸੋਚਦੇ ਨੇ ਕਿ ਸਾਨੂੰ ਯੂਪੀ ਬਿਹਾਰ ਦੇ ਵਿੱਚ ਦਿਹਾੜੀ ਨਹੀਂ ਮਿਲਦੀ ਅਤੇ ਪੰਜਾਬ 'ਚ ਆ ਕੇ ਸਾਨੂੰ ਦਿਹਾੜੀ ਮਿਲਦੀ ਹੈ। ਹਾਂਜੀ ਹਾਂ, ਇਹੀ ਗੱਲ ਬਿਲਕੁਲ ਇਸ ਤਰ੍ਹਾਂ ਹੈ ਵੀ ਉਹਨਾਂ ਨੂੰ ਪੰਜਾਬ 'ਚ ਮਿਲਦੀ ਹੈ, ਸਾਡੇ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਉੱਥੇ ਦਿਹਾੜੀ ਵਾਲੀ ਗੱਲ ਹੈ, ਉਹ ਬਾਹਰਲੇ ਮੁਲਕਾਂ 'ਚ ਦਿਹਾੜੀ ਕਰਨ ਜਾ ਰਹੇ ਨੇ। ਔਰ ਆਪਾਂ ਗੱਲ ਕਰ ਰਹੇ ਸੀਗੇ ਜਿਸ ਸਮੇਂ ਪੰਜਾਬੀ ਸੂਬਾ ਲਹਿਰ ਚੱਲੀ ਸੀ, ਅਤੇ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਲਹਿਰ ਚੱਲ ਰਹੀ ਹੈ ਸੰਯੁਕਤ ਮੋਰਚਾ ਅੰਦੋਲਨ, ਅਤੇ ਸਾਡੇ ਕਿਸਾਨ ਜਥੇਬੰਦੀਆਂ ਨੇ ਜਿਸ ਪ੍ਰਕਾਰ ਹੁਣ ਤੱਕ ਇਹ ਆਪਣਾ ਅੰਦੋਲਨ ਸ਼ਾਂਤਮਈ ਸੀ, ਅਤੇ ਤੁਹਾਨੂੰ ਲੱਗਦਾ ਹੈ ਕਿ ਕੱਲ੍ਹ ਜੋ ਕੁਝ ਹੋਇਆ ਇਸਦਾ ਸਾਡੇ ਅੰਦੋਲਨ ਦੇ ਉੱਤੇ ਕੋਈ ਅਸਰ ਪਵੇਗਾ? ਅਸਰ ਤਾਂ ਜੀ ਹਿੰਸਾ ਕਿਸੇ ਵੀ ਕੰਮ ਦੀ ਮਾੜੀ ਹੁੰਦੀ ਹੈ, ਇਹ ਚੰਗੀ ਥੋੜ੍ਹੀ ਆ, ਕਿਹੜਾ ਕੋਈ ਬਾਹਰਲੇ ਮੁਲਕ ਦਾ ਗੱਲ ਆ, ਆਪਣਾ ਖਾਨਾ ਚੰਗੀ ਜਿਹੜੀ ਅੰਦਰ ਆਪਣੇ ਮੁਲਕ 'ਚ ਚੱਲ ਜਾਣੀ ਹੈ, ਇਹ ਮਾੜੀ ਓ ਮਾੜੀ ਹੈ ਜੀ। ਜੇ ਕੋਈ ਮਿਲਟਰੀ ਦਾ ਬੰਦਾ ਜਾਂ ਪੁਲਿਸ ਦਾ ਬੰਦਾ ਮਰਦਾ, ਸ਼ਹੀਦ ਹੁੰਦਾ, ਉਹ ਵੀ ਮਾੜੀ ਗੱਲ ਹੈ, ਜੇ ਇੱਧਰੋਂ ਹੁੰਦਾ ਸਾਇਆ ਤਾਂ ਪੰਜਾਬ ਹਿੰਦੁਸਤਾਨ ਦੀ ਨਹੀਂ, ਸਾਰੇ ਇਹਦਾ ਅਸਰ ਤਾਂ ਪੈਣਾ ਹੀ ਪੈਣਾ, ਇਹ ਤਾਂ ਬਹੁਤ ਗਲਤ ਹੋਇਆ, ਚੰਗਾ ਨਹੀਂ ਹੋਇਆ। ਅਤੇ ਜੇਕਰ ਦੇਖੀਏ ਆਪਣੇ ਜਿਹੜੇ ਨੌਜਵਾਨ ਪਰੇਡ ਦੇ ਲਈ ਗਏ ਹੋਏ ਸੀਗੇ, ਉਹਨਾਂ ਨੇ ਵਾਪਸੀ ਵੀ ਕਰ ਲਈ ਹੈ, ਉਹ ਲਾਲ ਕਿਲ੍ਹੇ ਦੇ ਉੱਤੇ ਆਪਣਾ ਝੰਡਾ ਲਹਿਰਾ ਕੇ ਇੰਨੇ ਵਿੱਚ ਖੁਸ਼ ਹੋ ਗਏ ਨੇ ਅਤੇ ਹੁਣ ਵਾਪਸ ਆ ਰਹੇ ਨੇ, ਕਿ ਜਥੇਬੰਦੀਆਂ ਨੂੰ ਇੰਝ ਨਹੀਂ ਸੀ ਚਾਹੀਦਾ ਜਦੋਂ ਸਰਕਾਰ ਨੇ ਕਿਹਾ ਸੀ ਕਿ 27 ਜਨਵਰੀ ਨੂੰ ਆਪਣੀ ਦਿੱਲੀ ਪਰੇਡ ਕਰ ਲਓ, ਅਤੇ ਜਥੇਬੰਦੀਆਂ ਉਹਦੇ ਵਿੱਚ ਹਾਮੀ ਭਰ ਲੈਂਦੀਆਂ? ਇਸ ਤਰ੍ਹਾਂ ਜੀ ਵੀ ਜਥੇਬੰਦੀਆਂ ਨਿਰੀਆਂ ਕੀ ਕਰਨ, ਉਹਨਾਂ ਨੇ ਵੀ ਅੱਗੇ ਵਿਚਾਰ ਵਟਾਂਦਰਾ ਕਰਨਾ ਹੁੰਦਾ ਬਾਕੀ ਦਿਆਂ ਨਾਲ, ਪਬਲਿਕ ਨਾਲ ਜਾਂ ਆਪਣੇ ਹੋਰ ਛੋਟੇ ਲੀਡਰਾਂ ਨਾਲ, ਉਹਨਾਂ ਦੀ ਇਸ ਗੱਲ 'ਤੇ ਨਹੀਂ ਸਹਿਮਤੀ ਬਣੀ ਵੀ ਆਪਾਂ ਵੀ ਚਲੋ 26 ਜਨਵਰੀ ਆਪਾਂ ਹੋਰ ਪਾਸੇ ਮਨਾ ਲੈਂਦੇ ਹਾਂ, ਹੋਰ ਪਾਸੇ ਮਨਾ ਲੈਂਦੇ ਨੇ, ਕੋਈ ਖਾਸ ਗੱਲ ਨਹੀਂ ਸੀ, ਜਦੋਂ ਹੁੱਲੜਬਾਜ਼ੀ ਨਹੀਂ ਕੋਈ ਕਰਨੀ, ਸ਼ਾਂਤੀਪੂਰਨ ਮਨਾ ਰਹੇ ਹਨ, ਕੋਈ ਗੱਲ ਨਹੀਂ ਸੀ, ਗੌਰਮੈਂਟ ਨੂੰ ਨਹੀਂ ਇਤਰਾਜ਼ ਹੋਣਾ ਚਾਹੀਦਾ, ਜੇ ਹੋ 26 ਜਨਵਰੀ ਮਨਾ ਰਹੇ ਸਨ ਤਾਂ ਕੋਈ ਮਾੜੀ ਗੱਲ ਨਹੀਂ ਸੀ। ਨਹੀਂ ਜੇਕਰ ਆਪਾਂ ਗੌਰਮੈਂਟ ਦੇ ਇਤਰਾਜ਼ ਦੀ ਗੱਲ ਕਰੀਏ ਤਾਂ ਗੌਰਮੈਂਟ ਨੇ ਤਾਂ ਇਤਰਾਜ਼ ਇੱਕ ਤਰ੍ਹਾਂ ਦਾ ਕੱਲ੍ਹ ਵੀ ਨਹੀਂ ਜਿਤਾਇਆ, ਜੇਕਰ ਆਪਾਂ ਦੇਖੀਏ ਆਰਾਮ ਦੇ ਨਾਲ ਰੋਡ ਸ਼ੋਅ ਨਿਕਲਿਆ ਹੈਗਾ ਆ, ਜੇਕਰ ਗੌਰਮੈਂਟ ਨੇ ਇਤਰਾਜ਼ ਕਰਨਾ ਹੁੰਦਾ
ਤਾਂ ਹੋ ਸਕਦਾ ਸੀ, ਬਟ ਜੇਕਰ ਆਪਾਂ ਗੱਲ ਕਰੀਏ ਤਿਰੰਗੇ ਦੇ ਉੱਤੇ ਜਦੋਂ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਵੀ ਪਤਾ ਆ ਕਿ ਆਪਣੇ ਭਾਰਤ ਦਾ ਇੱਕ ਉਹ ਮਾਣਯੋਗ ਆਪਾਂ ਇਸ ਨੂੰ ਮੰਨਦੇ ਹਾਂ ਕਿ ਆਪਣੇ ਭਾਰਤ ਦੀ ਇੱਕ ਇੱਜ਼ਤ ਹੈ, ਇੱਕ ਆਬਰੂ ਹੈ, ਔਰ ਦੂਸਰੀ ਗੱਲ ਕਿ ਗਣਤੰਤਰ ਦਿਵਸ ਸੀ। ਉਹ ਤਿਰੰਗੇ ਬਾਰੇ ਤਾਂ ਇਹਨਾਂ ਤਿਰੰਗੇ ਨੂੰ ਤਾਂ ਕੁਛ ਨਹੀਂ ਜੀ ਕਿਹਾ, ਤਿਰੰਗਾ ਤਾਂ ਇਹਨਾਂ ਦੀ ਵੀ ਸ਼ਾਨ ਹੈ ਜਿਹੜੇ ਗਏ ਨੇ ਉੱਥੇ, ਉਹਨਾਂ ਦੀ ਵੀ ਸ਼ਾਨ ਹੈ ਕਿ ਇਹਦੇ 'ਚ ਮਾੜੀ ਗੱਲ ਨਹੀਂ ਵੀ ਜਿਹੜਾ ਪਹਿਲਾਂ ਝੰਡਾ ਲੱਗਿਆ ਹੋਇਆ ਜੀ ਆਪਣਾ ਕੌਮੀ ਝੰਡਾ, ਉਹਨੂੰ ਕਿਸੇ ਨੇ ਕੁਛ ਨਹੀਂ ਕਿਹਾ, ਬਿਲਕੁਲ ਉਹਦੀ ਇੱਜ਼ਤ ਉਹਨਾਂ ਦੀ ਦਿਲ 'ਚ ਹੈ, ਸਾਡੇ ਵੀ ਦਿਲ 'ਚ ਹੈ। ਜਿਹੜੇ ਬਾਕੀ ਝੰਡੇ ਉਹ ਤਾਂ ਟਰੈਕਟਰਾਂ 'ਤੇ ਬਣਾਈਏ ਫਿਰਦੇ ਜੀ, ਉੱਥੇ ਲੱਗ ਗਿਆ ਸੀ, ਕੋਈ ਖਾਸ ਗੱਲ ਨਹੀਂ ਸੀ ਹੈਗੀ। ਇਹਦੇ ਪਿੱਛੇ ਕੁਛ ਸ਼ਰਾਰਤੀ ਅੰਤਰਾਂ ਜਾਂ ਗੌਰਮੈਂਟ ਕਰੋ ਜਾਂ ਕੇਸ, ਪੱਕਾ ਪਤਾ ਨਹੀਂ ਵੀ ਹੋਇਆ ਕੀ ਆ ਉੱਥੇ, ਅਜੇ ਤੱਕ ਕਲੀਅਰ ਨਹੀਂ, ਨਾ ਮੀਡੀਆ ਦੱਸ ਸਕਿਆ ਨਾ ਕੋਈ ਪਤਾ ਲੱਗਿਆ ਵੀ ਕੀ ਹੋਇਆ। ਬਾਕੀ ਸੁਣਨ 'ਚ ਆਉਂਦੀ ਆ ਵੀ ਪਹਿਲਾਂ ਉੱਧਰੋਂ ਗੋਲੀ ਚੱਲ ਗਈ, ਮਗਰੋਂ ਇੱਟਾਂ ਰੋੜੇ ਚੱਲੇ ਨੇ, ਕੁਛ ਜਵਾਨ ਫੱਟੜ ਵੀ ਹੋਏ ਨੇ, ਪਰ ਉਹ ਹੋਣੀ ਨਹੀਂ ਸੀ ਚਾਹੀਦੀ। ਜਿਹੜਾ ਜੇ ਉਹਨਾਂ ਨੇ ਚੜਾ ਵੀ ਦਿੱਤਾ ਝੰਡਾ ਤਾਂ ਕੋਈ ਖਾਸ ਮਾੜੀ ਗੱਲ ਨਹੀਂ ਸੀ। ਅਤੇ ਰੇਸ਼ਮ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜੋ ਕੱਲ੍ਹ 26 ਜਨਵਰੀ ਦੇ ਮੌਕੇ 'ਤੇ ਹੋਇਆ ਸਾਡੇ ਸੰਯੁਕਤ ਮੋਰਚਾ ਅੰਦੋਲਨ ਦੇ ਉੱਤੇ, ਇਸਦਾ ਕੋਈ ਪ੍ਰਭਾਵ ਨਾ ਪਵੇ, ਇਸਦੇ ਲਈ ਤੁਸੀਂ ਸਾਡੇ ਨੌਜਵਾਨਾਂ ਨੂੰ, ਸਾਡੇ ਕਿਸਾਨ ਵੀਰ ਜਿਹੜੇ ਇਸ ਵਕਤ ਮੋਰਚੇ 'ਤੇ ਬੈਠੇ ਨੇ, ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਮੈਂ ਤਾਂ ਜੀ ਉਹਨਾਂ ਨੂੰ ਇਹੀ ਸੁਨੇਹਾ ਦਿਆਂਗਾ ਵੀ ਜਿਹੜਾ ਕੁਛ ਕੱਲ੍ਹ ਹੋਇਆ ਉਹ ਨਹੀਂ ਸੀ ਠੀਕ ਹੋਇਆ, ਅੱਗੇ ਵਾਸਤੇ ਇਹੋ ਜਿਹਾ ਨਾ ਮਾਹੌਲ ਬਣਾਇਆ ਜਾਵੇ ਜਿਹਦੇ 'ਤੇ ਆਪਣੇ ਅੰਦੋਲਨ 'ਤੇ ਅਸਰ ਪਏਗਾ। ਇਸ ਕਰਕੇ ਸ਼ਾਂਤੀਪੂਰਵਕ ਆਪਣੀ ਮੰਗ ਨੂੰ ਅੱਗੇ ਰੱਖ ਕੇ ਉੱਥੇ ਬੈਠੇ ਰਹੋ, ਇਹ ਨਾ ਹੋਵੇ ਕਿ ਕੱਲ੍ਹ ਨੂੰ ਕੋਈ ਗੌਰਮੈਂਟ ਨੂੰ ਸਖਤੀ ਕਰਨੀ ਪਵੇ। ਹਾਂਜੀ, ਸਿਟੀ ਲਾਈਵ ਚੈਨਲ ਦੇ ਜ਼ਰੀਏ ਆਪਣੇ ਦਰਸ਼ਕਾਂ ਦੇ ਵਿੱਚ ਅਸੀਂ ਵੀ ਇੱਕ ਸੁਨੇਹਾ ਦੇਣਾ ਚਾਹਾਂਗੇ। ਪਿਛਲੇ ਸਮੇਂ ਦੇ ਵਿੱਚ ਪੰਜਾਬੀ ਸੂਬਾ ਲਹਿਰ ਚੱਲੀ ਸੀ, ਔਰ ਕਿਤੇ ਨਾ ਕਿਤੇ ਜਾ ਕੇ ਕੁਝ ਫਿਰਕਾ ਪ੍ਰਸਤੀ ਲੋਕਾਂ ਦੇ ਕਰਕੇ ਜੋ ਇਹ ਲਹਿਰ ਸੀ ਅਧੂਰੀ ਰਹਿ ਗਈ ਸੀ, ਔਰ ਪੰਜਾਬ ਨੇ 84 ਦਾ ਸੰਤਾਪ ਭੁਗਤਿਆ। ਇਸ ਸਮੇਂ ਸੰਯੁਕਤ ਮੋਰਚਾ ਅੰਦੋਲਨ ਚੱਲ ਰਿਹਾ, ਔਰ ਬੜੇ ਹੀ ਸ਼ਾਂਤੀਪੂਰਵਕ ਸਾਡੀਆਂ ਜਥੇਬੰਦੀਆਂ ਇਸ ਮੋਰਚੇ ਨੂੰ ਸਾਂਭੀ ਬੈਠੀਆਂ ਨੇ, ਅਤੇ ਦੇਖਿਓ ਕਿਤੇ ਮੁੜ ਕੇ ਆਪਾਂ ਵਾਪਸ ਉਸੇ ਦੌਰ ਵਿੱਚ ਨਾ ਆ ਜਾਈਏ। ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਬਿੱਲ ਕਦੋਂ ਵਾਪਸ ਲੈਂਦੇ ਨੇ। ਸਿਟੀ ਲਾਈਵ ਤੋਂ ਮੈਂ ਅਨੂ ਸ਼ਰਮਾ, ਕੈਮਰਾਮੈਨ ਗੁਰਪ੍ਰੀਤ ਸਿੰਘ ਢਿੱਲੋਂ।